ਹਾਂ ਬੱਚੋ ਚਲੋ ਅੱਜ ਅਸੀਂ ਕਰਦੇ ਹਾਂ ਕਲਾਸ 10th ਸਾਇੰਸ ਦਾ ਚੈਪਟਰ ਨੰਬਰ 7 ਜਿਹਦਾ ਟਾਈਟਲ ਹੈ ਕਾਬੂ ਅਤੇ ਤਾਲਮੇਲ ਇੰਗਲਿਸ਼ ਵਿੱਚ ਇਹਨੂੰ ਅਸੀਂ ਕੰਟਰੋਲ ਐਂਡ ਕੋਆਰਡੀਨੇਸ਼ਨ ਵੀ ਕਹਿੰਦੇ ਆ ਤੇ ਅੱਜ ਅਸੀਂ ਇਸ ਚੈਪਟਰ ਦਾ ਸੈਕੰਡ ਪਾਰਟ ਕਰਨ ਜਾ ਰਹੇ ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਸਟੱਡੀ ਕਰਾਂਗੇ ਅਬਾਊਟ ਰਿਫਲੈਕਸ ਐਕਸ਼ਨ ਜਿੰਨੂੰ ਕਿ ਅਸੀਂ ਪੰਜਾਬੀ ਵਿੱਚ ਪ੍ਰਤੀਵਰਤੀ ਕਿਰਿਆ ਵੀ ਕਹਿੰਦੇ ਆ ਤੇ ਚਲੋ ਫਿਰ ਦੇਖਦੇ ਹਾਂ ਕਿ ਪ੍ਰਤੀਵਰਤੀ ਕਿਰਿਆ ਕੀ ਹੁੰਦੀ ਆ ਲੇਕਿਨ ਪਹਿਲਾਂ ਅਸੀਂ ਇਹ ਵੀਡੀਓ ਦੇਖਦੇ ਹਾਂ ਦੇਖੋ ਇੱਥੇ ਸਾਨੂੰ ਇੱਕ ਵੱਡੇ ਜਿਹੇ ਭਾਂਡੇ ਦੇ ਵਿੱਚ ਕੁਝ ਲੱਕੜਾਂ ਬਲਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਹੁਣ ਤੁਸੀਂ ਇਹ ਦੱਸੋ ਵੀ ਕੀ ਤੁਸੀਂ ਜਿਹੜੀਆਂ ਅੱਗ ਦੀਆਂ ਲਪਟਾਂ ਨੇ ਜਾਂ ਇਹ ਜਿਹੜੇ ਭਾਂਡੇ 'ਚ ਲੱਕੜਾਂ ਬਲਦੀਆਂ ਪਈਆਂ ਨੇ ਇਹਨੂੰ ਹੱਥ ਲਾਓਗੇ ਟੱਚ ਕਰੋਗੇ ਇਹਨੂੰ ਨਹੀਂ ਕਰੋਗੇ ਹੈਨਾ ਕਿਉਂਕਿ ਸਾਡਾ ਬ੍ਰੇਨ ਜੜਾ ਉਹ ਸਾਨੂੰ ਦੱਸਦਾ ਕਿ ਵੀ ਇਹਨੂੰ ਹੱਥ ਲਾਉਣ ਦੇ ਨਾਲ ਸਾਡਾ ਹੱਥ ਸੜ ਸਕਦਾ ਸੋ ਸਾਡਾ ਦਿਮਾਗ ਸਾਨੂੰ ਦੱਸਦਾ ਕਿ ਅਸੀਂ ਕਿਹੜਾ ਐਕਸ਼ਨ ਕਰਨਾ ਕਿ ਨਹੀਂ ਕਰਨਾ ਤੇ ਕਿਉਂ ਨਹੀਂ ਕਰਨਾ ਲੇਕਿਨ ਹੁਣ ਅਸੀਂ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਆ ਸਪੋਜ਼ ਕਰ ਲਓ ਵੀ ਆ ਇੱਥੇ ਦੋ ਗਰਮ ਭਾਂਡੇ ਪਏ ਆ ਲੇਕਿਨ ਸਾਨੂੰ ਨਹੀਂ ਪਤਾ ਵੀ ਇਹ ਬਹੁਤ ਗਰਮ ਨੇ ਅਸੀਂ ਐਕਸੀਡੈਂਟਲੀ ਇੱਕ ਭਾਂਡੇ ਨੂੰ ਹੱਥ ਲਾ ਕੇ ਤੇ ਚੁੱਕਣ ਦੀ ਕੋਸ਼ਿਸ਼ ਕੀਤੀ ਹੋਊਗਾ ਕਿ ਜਿੱਦਾਂ ਹੀ ਅਸੀਂ ਇਸ ਗਰਮ ਭਾਂਡੇ ਨੂੰ ਹੱਥ ਲਾਵਾਂਗੇ ਨਾਲ ਹੀ ਭਾਂਡਾ ਸਾਡੇ ਤੋਂ ਛੁੱਟ ਜਾਊਗਾ ਅਸੀਂ ਆਪਣੇ ਹੈਂਡਸ ਵਿਦਡਰਾ ਕਰ ਲਾਂਗੇ ਸਾਨੂੰ ਬਾਅਦ ਚੋਂ ਅਹਿਸਾਸ ਹੋਏਗਾ ਕਿ ਇਹ ਤਾਂ ਬੜਾ ਗਰਮ ਸੀ ਜਦੋਂ ਕਿ ਹੱਥ ਤਾਂ ਪਹਿਲਾਂ ਹੀ ਉਹਨੂੰ ਛੱਡ ਚੁੱਕੇ ਨੇ ਸੋ ਕਈ ਵਾਰੀ ਇਦਾਂ ਦੇ ਵੀ ਐਕਸ਼ਨਸ ਹੁੰਦੇ ਨੇ ਵੀ ਜਿਹਦੇ ਵਿੱਚ ਦਿਮਾਗ ਨੂੰ ਸੋਚਣ ਸਮਝਣ ਦਾ ਮੌਕਾ ਹੀ ਨਹੀਂ ਮਿਲਦਾ ਐਕਸ਼ਨ ਪਹਿਲਾਂ ਹੀ ਹੋ ਜਾਂਦਾ ਇੰਨੀ ਜਲਦੀ ਜਲਦੀ ਹੋ ਜਾਂਦਾ ਇਨਵੌਲੰਟਰੀ ਹੋ ਜਾਂਦਾ ਇਹੋ ਜਿਹੇ ਜਿਹੜੇ ਐਕਸ਼ਨਸ ਹੁੰਦੇ ਨੇ ਇਹਨਾਂ ਨੂੰ ਅਸੀਂ ਰਿਫਲੈਕਸ ਐਕਸ਼ਨ ਜਾਂ ਪ੍ਰਤੀਵਰਤੀ ਕਿਰਿਆ ਕਹਿੰਦੇ ਆ ਸੋ ਪ੍ਰਤੀਵਰਤੀ ਕਿਰਿਆਵਾਂ ਇਹੋ ਜਿਹੀਆਂ ਕਿਰਿਆਵਾਂ ਨੇ ਜੜੀਆਂ ਕਿ ਸਾਡੀ ਬਾਡੀ ਵਿੱਚ ਬਿਨਾ ਸੋਚੇ ਸਮਝੇ ਇੱਕਦਮ ਹੁੰਦੀਆਂ ਨੇ ਤਾਂ ਕਿ ਬੋਡੀ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ ਕਿਉਂਕਿ ਜ਼ਿੰਦਾ ਰਹਿਣਾ ਸੁਰੱਖਿਅਤ ਰਹਿਣਾ ਇਹ ਸਾਡੀ ਪਹਿਲੀ ਪ੍ਰਾਇੋਰਟੀ ਹੁੰਦੀ ਆ ਕੁਝ ਹੋਰ ਵੀ ਐਗਜ਼ਾਮਪਲ ਲੈ ਲੈਣੇ ਆ ਜਿੱਦਾਂ ਕਿ ਸਾਡੇ ਗੋਡਿਆਂ ਨੂੰ ਜਾਂ ਕੂਣੀ ਨੂੰ ਜਿੱਥੇ ਵੀ ਸਾਡੇ ਜੋਇੰਟਸ ਨੇ ਜੇ ਉਹਨੂੰ ਹਿੱਟ ਕੀਤਾ ਜਾਵੇ ਤਾਂ ਇਦਾਂ ਦੀਆਂ ਜਰਕ ਮੂਵਮੈਂਟਸ ਹੁੰਦੀਆਂ ਜਿੱਦਾਂ ਝਟਕੇ ਜੇ ਲੱਗਦੇ ਨੇ ਠੀਕ ਹੈ ਇਹ ਵੀ ਇਨਵੋਲੰਟਰੀ ਹੁੰਦੇ ਨੇ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਅੱਖਾਂ ਦੇ ਪਿਪਿਲਸ ਹੁੰਦੇ ਨੇ ਨਾ ਉਹ ਲਾਈਟ ਦੇ ਅਕੋਰਡਿੰਗਲੀ ਐਡਜਸਟ ਕਰਦੇ ਆ ਸਪੋਜ਼ ਕਰ ਲੋ ਅਚਾਨਕ ਸਾਡੀਆਂ ਅੱਖਾਂ 'ਚ ਤੇਜ਼ ਰੋਸ਼ਨੀ ਪੈ ਜਾਵੇ ਤੇ ਕੀ ਹੁੰਦਾ ਸਾਡੀਆਂ ਅੱਖਾਂ ਜਾਂ ਤਾਂ ਬੰਦ ਹੋ ਜਾਣਗੀਆਂ ਹਨਾ ਜਾਂ ਫਿਰ ਸਾਡੇ ਪਿਪਿਲਸ ਜਿਹੜੇ ਨੇ ਉਹ ਫਟਾਫਟ ਕੰਸਟ੍ਰਕਟ ਕਰਕੇ ਛੋਟੇ ਹੋ ਜਾਣਗੇ ਤਾਂ ਕਿ ਤੇਜ਼ ਲਾਈਟ ਤੋਂ ਤੇਜ਼ ਪ੍ਰਕਾਸ਼ ਤੋਂ ਅੱਖਾਂ ਨੂੰ ਬਚਾਇਆ ਜਾ ਸਕੇ ਕਿਉਂਕਿ ਸੁਰੱਖਿਆ ਪਹਿਲਾਂ ਦੇਖਣੀ ਸਾਡੀ ਬੋਡੀ ਨੇ ਅਸੀਂ ਕੁਝ ਪੀ ਰਹੇ ਹਾਂ ਤੇ ਪੀਂਦੇ-ਪਿੰਦੇ ਇੱਕ ਘੁੱਟ ਜਿਹੜਾ ਸਾਡੀ ਵਿੰਡ ਪਾਈਪ ਦੇ ਅੰਦਰ ਚਲਾ ਗਿਆ ਕੀ ਹੋਊਗਾ ਇਕਦਮ ਜਿਹੜੀ ਸਾਡਾ ਰਿਫਲੈਕਸ ਸਟਾਰਟ ਹੋ ਜੂਗਾ ਤੇ ਬਾਡੀ ਜਿਹੜੀ ਆ ਉਹ ਆਪਣੀ ਵਿੰਡ ਪਾਈਪ ਨੂੰ ਕਲੀਅਰ ਕਰਨ ਦਾ ਐਕਸ਼ਨ ਸ਼ੁਰੂ ਕਰ ਦੋਗੀ ਜਿੱਦਾਂ ਅਸੀਂ ਨਹੀਂ ਕਹਿੰਦੇ ਇਕਦਮ ਉੱਥੂ ਜਾ ਆ ਗਿਆ ਇਹ ਕੀ ਆ ਇਹ ਸਡਨ ਐਕਸ਼ਨ ਆ ਬਾਡੀ ਦਾ ਤਾਂ ਕਿ ਵਿੰਡ ਪਾਈਪ ਨੂੰ ਫਟਾਫਟ ਸਾਫ ਕਰ ਲਿਆ ਜਾਵੇ ਜਾਂ ਕੰਮ ਕਰਦੇ ਕਰਦੇ ਅਚਾਨਕ ਖਾਂਸੀ ਆ ਜਾਣਾ ਇਹ ਵੀ ਸਾਡਾ ਵਿੰਡ ਟ੍ਰੈਕਟ ਹੀ ਕਲੀਅਰ ਕਰਨ ਨੂੰ ਆਉਂਦੀ ਆ ਸੋ ਪ੍ਰਤੀਵਰਤੀ ਕਿਰਿਆ ਜਾਂ ਰਿਫਲੈਕਸ ਐਕਸ਼ਨ ਕੀ ਹੁੰਦਾ ਸਡਨ ਯਾਨੀ ਕਿ ਇਕਦਮ ਤੇ ਇਨਵੋਲੰਟਰੀ ਯਾਨੀ ਕਿ ਬਿਨਾ ਸੋਚੇ ਸਮਝੇ ਬਿਨਾ ਇੱਛਾ ਦੇ ਜਦੋਂ ਸਾਡੀ ਬਾਡੀ ਰਿਸਪੌਂਸ ਦਿੰਦੀ ਹੈ ਟਵਰਡਸ ਸਮ ਐਕਸਟਰਨਲ ਸਟੀਮੂਲਾਈ ਯਾਨੀ ਕਿ ਕਿਸੇ ਬਾਹਰੀ ਪਰਿਵਰਤਨ ਨੂੰ ਤਾਂ ਉਹਨੂੰ ਅਸੀਂ ਪਰਿਵਰਤੀ ਕਿਰਿਆ ਕਹਿੰਦੇ ਹਾਂ ਸੋ ਸਾਡੇ ਆਲੇ-ਦੁਆਲੇ ਕਈ ਤਰ੍ਹਾਂ ਦੇ ਬਾਹਰੀ ਪਰਿਵਰਤਨ ਹੁੰਦੇ ਹੀ ਰਹਿੰਦੇ ਨੇ ਜਿਨ੍ਹਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਸਾਡੀ ਬਾਡੀ ਸਮੇਂ-ਸਮੇਂ ਤੇ ਇਹੋ ਜੇ ਸਡਨ ਤੇ ਇਨਵੋਲੰਟਰੀ ਰਿਸਪੌਂਸਸ ਇਨੀਸ਼ੀਏਟ ਕਰਦੀ ਹੈ ਹੁਣ ਇਹ ਜਿਹੜੇ ਰਿਫਲੈਕਸ ਐਕਸ਼ਨ ਨੇ ਇਹ ਸਾਡੀ ਬਾਡੀ ਚ ਹੁੰਦੇ ਕਿੱਦਾਂ ਨੇ ਚਲੋ ਆਓ ਥੋੜਾ ਹੋਰ ਡਿਟੇਲ ਚ ਦੇਖਦੇ ਆਂ ਸਭ ਤੋਂ ਪਹਿਲਾਂ ਤੇ ਅਸੀਂ ਗੱਲ ਕਰਦੇ ਆਂ ਨਰਵਸ ਦੀਆਂ ਨਾੜੀਆਂ ਸਾਡੀਆਂ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ ਦੇਖੋ ਸਾਡੀ ਬਾਡੀ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਨਾੜੀਆਂ ਹੁੰਦੀਆਂ ਸੈਂਸਰੀ ਨਰਵਸ ਯਾਨੀ ਕਿ ਜਿਨ੍ਹਾਂ ਨੂੰ ਆਪਾਂ ਸੰਵੇਦੀ ਨਾੜੀਆਂ ਵੀ ਕਹਿੰਦੇ ਨੇ ਜਿਹੜੇ ਕਿ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪਰਵਰਤਨ ਨੇ ਜਾਂ ਜਿਹੜੇ ਸਟਿਮੂਲਸ ਨੇ ਉਹਨਾਂ ਦੇ ਨਾਲ ਸਬੰਧਤ ਜਿਹੜੇ ਨਰਵ ਇੰਪ পালਸ ਨੇ ਯਾ ਜਿਹੜੇ ਨਾੜੀ ਆਵੇਗ ਨਹੀਂ ਉਹਨਾਂ ਨੂੰ ਸਟਾਰਟ ਕਰਦੇ ਨਹੀਂ ਤੇ ਸੈਂਟਰਲ ਨਰਵਸ ਸਿਸਟਮ ਤੱਕ ਮੈਸੇਜ ਪਹੁੰਚਦਾ ਕਰਦੇ ਨੇ ਦੂਜੀਆਂ ਜਿਹੜੀਆਂ ਨਾੜਵਾਂ ਹੁੰਦੀਆਂ ਉਹਨਾਂ ਨੂੰ ਅਸੀਂ ਮੋਟਰ ਨਾੜੀਆਂ ਪ੍ਰੇਰਕ ਨਾੜੀਆਂ ਕਹਿੰਦੇ ਆ ਜਿਹੜੇ ਕਿ ਸਾਡੇ ਸੈਂਟਰ ਨਰਵਸ ਸਿਸਟਮ ਤੋਂ ਮੈਸੇਜ ਲੈ ਕੇ ਆਉਂਦੀਆਂ ਨੇ ਨਾਵ ਇੰਪਲਸ ਲੈ ਕੇ ਆਉਂਦੀਆਂ ਨੇ ਤੇ ਸਾਡੀਆਂ ਜਿਹੜੀਆਂ ਮਸਲਸੀਆਂ ਮਾਸਪੇਸ਼ੀਆਂ ਜਾਂ ਜਿਹੜੀਆਂ ਸਾਡੀਆਂ ਗਲੈਂਡਸ ਨੇ ਜਾਂ ਜਿਨ੍ਹਾਂ ਨੂੰ ਅਸੀਂ ਇਫੈਕਟਰ ਆਰਗਨਸ ਵੀ ਕਹਿੰਦੇ ਆ ਤੇ ਉਹਨਾਂ ਦੇ ਵਿੱਚ ਐਕਸ਼ਨ ਕਰਾਉਂਦੀਆਂ ਨੇ ਤੀਜੀਆਂ ਨਾੜੀਆਂ ਹੁੰਦੀਆਂ ਮਿਕਸਡ ਯਾਨੀ ਕਿ ਮਿਲੀਆਂ ਜੁਲੀਆਂ ਜਈਆਂ ਜਿਨ੍ਹਾਂ ਦੇ ਅੰਦਰ ਸੈਂਸਰੀ ਤੇ ਮੋਟਰ ਦੋਵਾਂ ਤਰ੍ਹਾਂ ਦੇ ਕੈਰੈਕਟਰਸ ਹੁੰਨ ਉਹਨਾਂ ਨੂੰ ਅਸੀਂ ਮਿਲੀਆਂ ਜੁਲੀਆਂ ਜਾਂ ਮਿਕਸਡ ਨਾੜੀਆਂ ਵੀ ਕਹਿੰਦੇ ਆ ਤੋੜਾ ਜਿਹਾ ਹੋਰ ਡਿਟੇਲ ਦੇਖਦੇ ਆ ਦੇਖੋ ਅਸੀਂ ਇਸ ਚੈਪਟਰ ਦੀ ਪਹਿਲੀ ਵੀਡੀਓ ਦੇ ਵਿੱਚ ਡਿਸਕਸ ਕੀਤਾ ਸੀਗਾ ਕਿ ਜਿਹੜਾ ਸਾਡਾ ਨਰਵਸ ਸਿਸਟਮ ਹੁੰਦਾ ਉਹਨੂੰ ਅਸੀਂ ਦੋ categories ਚ ਡਿਵਾਈਡ ਕਰਦੇ ਆ ਇੱਕ ਹੁੰਦਾ ਸੈਂਟਰਲ ਨਰਵਸ ਸਿਸਟਮ ਜਿਹਦੇ ਵਿੱਚ ਕੀ ਬ੍ਰੇਨ ਤੇ ਸਪਾਈਨਲ ਕੋਰਡ ਆ ਜਾਂਦੀ ਹੈ ਯਾਨੀ ਕਿ ਸਾਡਾ ਦਿਮਾਗ ਤੇ ਸੁਖਮਾ ਨਾੜੀ ਆ ਜਾਂਦੀ ਹੈ ਦੂਜਾ ਹੁੰਦਾ ਪੈਰੀਫਰਲ ਨਰਵਸ ਸਿਸਟਮ ਜਿਹੜਾ ਕਿ ਸਾਡੇ ਜਿਹੜੇ ਪੈਰੀਫਰਲ ਆਰਗਨਸ ਨੇ ਲੱਤਾਂ ਬਾਹਾਂਆਂ ਜਾਂ ਹੋਰ ਜਿਹੜੇ ਆਰਗਨਸ ਨੇ ਇਹਨਾਂ ਦੇ ਵਿੱਚ ਆਪਰੇਟ ਕਰਦਾ ਫਿਰ ਤੁਹਾਨੂੰ ਯਾਦ ਹੋਊਗਾ ਕਿ ਅਸੀਂ ਪੈਰੀਫਰਲ ਨਰਵਸ ਸਿਸਟਮ ਦੇ ਵਿੱਚ ਵੀ ਦੋ ਤਰ੍ਹਾਂ ਦੀਆਂ ਨਾੜੀਆਂ ਕੀਤੀਆਂ ਸੀਗੀਆਂ ਇੱਕ ਕੀਤੀਆਂ ਸੀਗੀਆਂ ਕ੍ਰੇਨੀਅਲ ਨਰਵਜ਼ ਜਿਨ੍ਹਾਂ ਦੇ ਕਿ ਸਾਡੀ ਬਾਡੀ 'ਚ 12 ਪੇਅਰ ਹੁੰਦੇ ਨੇ ਤੇ ਇਹ ਕਿੱਥੋਂ ਨਿਕਲਦੀਆਂ ਨੇ ਸਿੱਧੀਆਂ ਦਿਮਾਗ ਤੋਂ ਨਿਕਲਦੀਆਂ ਨੇ ਤੇ ਇੱਕ ਹੁੰਦੀਆਂ ਸਪਾਈਨਲ ਨਰਵਜ਼ ਜਿਹੜੀਆਂ ਕਿ ਸਾਡੀ ਸਪਾਈਨਲ ਗੋਡ ਤੋਂ ਜਾਂ ਸੁਖਮਨਾ ਨਾੜੀ ਤੋਂ ਨਿਕਲਦੀਆਂ ਨੇ ਤੇ ਸਾਡੀ ਬਾਡੀ ਵਿੱਚ 31 ਜੋੜੇ ਸਪਾਈਨਲ ਨਰਵਸ ਇਹ ਹੁੰਦੇ ਆ ਯਾਨੀ ਕਿ 31 ਖੱਬੇ ਪਾਸੇ ਤੇ 31 ਸੱਜੇ ਪਾਸੇ ਤੇ ਸਾਡੀ ਜਿਹੜੀ ਬੋਡੀ ਆ ਉਹਦੇ ਚ ਦੇਖੋ ਇਹ ਜਿਹੜੀਆਂ ਨਾੜੀਆਂ ਨੇ ਇਹ ਬਹੁਤ ਇੱਕ ਜਟਿਲ ਇੱਕ ਬੜਾ ਕੰਪਲਿਕੇਟਿਡ ਜਿਹਾ ਨੈਟਵਰਕ ਜਾਂ ਜਾਲ ਜਿਹਾ ਬਣਾ ਕੇ ਰੱਖਦੀਆਂ ਸੋ ਇਹ ਜਿਹੜਾ ਜਾਲ ਹੈਗਾ ਇਹ ਸਾਡੇ ਸਾਰੀ ਬੋਡੀ ਦੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਗਤੀਆਂ ਨੇ ਉਹਨਾਂ ਨੂੰ ਕਾਬੂ ਚ ਰੱਖਦਾ ਤੇ ਤਾਲਮੇਲ ਚ ਰੱਖਦਾ ਹੁਣ ਆਪਾਂ ਇੱਥੇ ਇਗਜ਼ਾਮਪਲ ਲੈ ਲੈਂਦੇ ਆ ਸਪੋਜ਼ ਕਰ ਲਓ ਵੀ ਸਾਡੀ ਬਾਹ ਦੇ ਇਸ ਹਿੱਸੇ ਦੇ ਉੱਤੇ ਕੋਈ ਤਿੱਖੀ ਜਿਹੀ ਚੀਜ਼ ਜੜੀਆਂ ਨਾ ਉਹ ਚੁੱਭ ਗਈ ਹੁਣ ਨਾਰਮਲੀ ਕੀ ਹੁੰਦਾ ਵੀ ਜਿੱਥੇ ਵੀ ਕੋਈ ਸਾਨੂੰ ਸਟੀਮੂਲਸ ਮਿਲਦਾ ਉਥੋਂ ਦੀ ਜੜੀਆਂ ਸੰਵੇਦੀ ਨਾੜੀਆਂ ਹੁੰਦੀਆਂ ਨੇ ਉਹ ਮੈਸੇਜ ਲੈ ਕੇ ਤੇ ਸਾਡੇ ਸੈਂਟਰਲ ਨਰਵਸ ਸਿਸਟਮ ਨੂੰ ਪਹੁੰਚਦਾ ਕਰਦੀਆਂ ਤੇ ਸੈਂਟਰਲ ਨਰਵਸ ਸਿਸਟਮ ਜਿਹੜਾ ਅੱਗੋਂ ਬ੍ਰੇਨ ਨੂੰ ਮੈਸੇਜ ਪਹੁੰਚਾਉਂਦਾ ਤੇ ਬ੍ਰੇਨ ਫਿਰ ਸੋਚ ਸਮਝ ਕੇ ਦੱਸਦਾ ਵੀ ਕੀ ਐਕਸ਼ਨ ਲੈਣਾ ਤੇ ਉਹ ਜਿਹੜਾ ਐਕਸ਼ਨ ਹੁੰਦਾ ਉਹਦਾ ਮੈਸੇਜ ਪ੍ਰੇਰਕ ਨਾੜੀਆਂ ਯਾਨੀ ਕਿ ਮੋਟਰ ਨਰਵਜ਼ ਲੈ ਕੇ ਆਉਂਦੀਆਂ ਪਰ ਇੱਥੇ ਅਸੀਂ ਐਗਜ਼ਾਮਪਲ ਕਰਦੇ ਪਏ ਆ ਵੀ ਸਾਡੀ ਬਾਹ ਦੇ ਇਸ ਹਿੱਸੇ ਤੇ ਕਿਸੇ ਨੇ ਕੋਈ ਤਿੱਖੀ ਚੀਜ਼ ਚਬੋਤੀ ਯਾਨੀ ਕਿ ਸੂਈ ਚਬੋਤੀ ਉਹਨ ਇੱਥੇ ਹੋਊਗਾ ਕਿ ਜਿੱਦਾਂ ਹੀ ਸਾਨੂੰ ਇੱਥੇ ਸੂਈ ਚੁੱਭੂਗੀ ਅਸੀਂ ਆਪਣੀ ਬਾਹ ਪਿੱਛੇ ਕਰ ਲਾਂਗੇ ਬਾਅਦ ਚੋਂ ਸਾਨੂੰ ਅਹਿਸਾਸ ਹੋਊਗਾ ਵੀ ਇੱਕ ਤਿੱਖੀ ਚੀਜ਼ ਕਿਹੜੀ ਚੁੱਭੀ ਸੀ ਸਾਨੂੰ ਯਾਨੀ ਕਿ ਦਿਮਾਗ ਨੂੰ ਸੋਚਣ ਸਮਝਣ ਦਾ ਮੌਕਾ ਨਹੀਂ ਦਿੱਤਾ ਗਿਆ ਐਕਸ਼ਨ ਤੋਂ ਪਹਿਲਾਂ ਐਕਸ਼ਨ ਤੇ ਪਹਿਲਾਂ ਹੀ ਹੋ ਗਿਆ ਇਹ ਕਿਦਾਂ ਹੋਇਆ ਇਹੀ ਤਾਂ ਰਿਫਲੈਕਸ ਐਕਸ਼ਨ ਆ ਜਦੋਂ ਬਿਨਾਂ ਸੋਚੇ ਸਮਝੇ ਇਕਦਮ ਐਕਸ਼ਨ ਹੋ ਗਿਆ ਉਹੀ ਤਾਂ ਰਿਫਲੈਕਸ ਐਕਸ਼ਨ ਆ ਉਹੀ ਤਾਂ ਪ੍ਰਤੀਵਰਤੀ ਕਿਰਿਆਵਾ ਇਹ ਕਿਦਾਂ ਹੋਈ ਆ ਦੇਖੋ ਵੀ ਇੱਥੇ ਸਾਨੂੰ ਸੂਈ ਚੂਹੀ ਇਤੋਂ ਰਿਸੈਪਟਰਸ ਨੇ ਸਟੀਮੂਲਸ ਨੂੰ ਪਰਸੀਵ ਕੀਤਾ ਆ ਜਿਹੜੀਆਂ ਸਾਡੀਆਂ ਸੰਵੇਦੀ ਨਾੜੀਆਂ ਜਾਂ ਜਿਹੜੀਆਂ ਸਾਡੀਆਂ ਸੈਂਸਰੀ ਨਰਵਸ ਨੇ ਉਹ ਮੈਸੇਜ ਲੈ ਕੇ ਗਈਆਂ ਸੈਂਟਰਲ ਨਰਵਸ ਸਿਸਟਮ ਨੂੰ ਤੇ ਸੈਂਟਰਲ ਨਰਵਸ ਸਿਸਟਮ ਨੇ ਇਹਨੂੰ ਬ੍ਰੇਨ ਤੱਕ ਭਾਵੇਂ ਮੈਸੇਜ ਚਲਾ ਗਿਆ ਵਾ ਲੇਕਿਨ ਉਤੋਂ ਬ੍ਰੇਨ ਤੋਂ ਰਿਪਲਾਈ ਦੀ ਵੇਟ ਨਹੀਂ ਕਰਨੀ ਬਲਕਿ ਇੱਥੇ ਹੀ ਸਪਾਈਨਲ ਕਾਰਡ ਦੇ ਵਿੱਚ ਜਾਂ ਸੁਖੋਨਾ ਨਾੜੀ ਦੇ ਵਿੱਚ ਹੀ ਰਿਲੇ ਨਿਊਰੋਨਸ ਹੁੰਦੇ ਨੇ ਜਿਹੜੇ ਕੀ ਐਕਸ਼ਨ ਦਾ ਮੈਸੇਜ ਮੋਟਰ ਨਿਊਰੋਨ ਵੱਲ ਨੂੰ ਕਨਵੇ ਕਰ ਦਿੰਦੇ ਆ ਯਾਨੀ ਕਿ ਪ੍ਰੇਰਕ ਨਾੜੀ ਵੱਲ ਨੂੰ ਕਨਵੇ ਕਰ ਦਿੰਦੇ ਤੇ ਜਿਹੜੀ ਪ੍ਰੇਰਕ ਨਾੜੀ ਹੁੰਦੀ ਆ ਉਹ ਸਾਡੀਆਂ ਮਾਸਪੇਸ਼ੀਆਂ ਨੂੰ ਮੈਸੇਜ ਦਿੰਦੀ ਆ ਵੀ ਜਿਹੜੀਆਂ ਮਾਸਪੇਸ਼ੀਆਂ ਨੇ ਉਹ ਕੰਟ੍ਰੈਕਟ ਕਰਨ ਤੇ ਬਾ ਪਿੱਛੇ ਕਰ ਲਈ ਜਾਵੇ ਸੋ ਐਦਾਂ ਜਿੱਦਾਂ ਹੀ ਸੂਈ ਚੁਭੀ ਸੰਵੇਦੀ ਨਾੜੀਆਂ ਨੇ ਸਪਾਈਨਲ ਕਾਰਡ ਤੋਂ ਰੀਲੇ ਨਿਰੋਨ ਦੇ ਥਰੂ ਪ੍ਰੇਰਕ ਨਰਵ ਦੇ ਥਰੂ ਮਸਲਸ ਨੂੰ ਯਾਨੀ ਕਿ ਮਾਸਪੇਸ਼ੀਆਂ ਨੂੰ ਮੈਸੇਜ ਦੇ ਦਿੱਤਾ ਤੇ ਜਿਹੜੀਆਂ ਮਾਸਪੇਸ਼ੀਆਂ ਉਹਨਾਂ ਨੇ ਕੰਟਰੈਕਟ ਕਰਕੇ ਤੇ ਹੱਥ ਪਿੱਛੇ ਕਰ ਲਿਆ ਜਦੋਂ ਕਿ ਜਿਹੜਾ ਮੈਸੇਜ ਬ੍ਰੇਨ ਨੂੰ ਗਿਆ ਉਹ ਜ਼ਿਆਦਾ ਤੱਕ ਐਨਲਾਈਜ਼ ਹੁੰਦਾ ਉਦੋਂ ਤੱਕ ਸਾਡੀ ਬਾਹਾਂ ਦਾ ਪਿੱਛੇ ਹੋ ਵੀ ਗਈ ਹੁੰਦੀ ਆ ਉਹ ਤਾਂ ਆਪਾਂ ਫਿਰ ਬਾਅਦ ਚੋਂ ਦੇਖਦੇ ਆਂ ਵੀ ਇਹ ਤਿੱਖੀ ਚੀਜ਼ ਕਿਹੜੀ ਚੁਬੀ ਆ ਇਹ ਸਾਨੂੰ ਸੋਈ ਚੁਬੀ ਆ ਠੀਕ ਹੈ ਨਾ ਸੋ ਬਿਨਾ ਸੋਚੇ ਸਮਝੇ ਅਚਾਨਕ ਐਕਸ਼ਨ ਲਿਆ ਗਿਆ ਇਹੀ ਰਿਫਲੈਕਸ ਐਕਸ਼ਨ ਹੈ ਇਹੀ ਪ੍ਰਤੀਵਰਤੀ ਕਿਰਿਆ ਇਹੋ ਜਿਹੜੇ ਰਿਫਲੈਕਸ ਐਕਸ਼ਨ ਹੁੰਦੇ ਨੇ ਜਿਹਦੇ ਵਿੱਚ ਸਪਾਇਨਲ ਕੋਰਡ ਇਨਵੋਲਵ ਹੁੰਦੀ ਆ ਜਿੱਦਾਂ ਵੀ ਕੋਈ ਚੀਜ਼ ਸਾਨੂੰ ਚੁਭੀ ਆ ਸਾਡੀ ਲੱਤਾਂ 'ਚ ਚੁਭੀ ਆ ਬਾਹਾਂ 'ਚ ਚੁਭੀ ਆ ਹੈਨਾ ਤੇ ਫਿਰ ਇਹ ਜਿਹੜੇ ਸੰਵੇਦੀ ਨਿਊਰੋਨਸ ਹੁੰਦੇ ਨੇ ਜਾਂ ਸੰਵੇਦੀ ਨਾੜੀਆਂ ਹੁੰਦੀਆਂ ਨੇ ਜਾਂ ਜਿਹੜੀਆਂ ਸੈਂਸਰੀ ਨਰਵਸ ਹੁੰਦੀਆਂ ਨੇ ਇਹ ਸਪਾਇਨਲ ਕੋਰਡ ਦੇ ਲੱਗੇ ਹੁੰਦੀਆਂ ਇਸ ਕਰਕੇ ਫਟਾਫਟ ਫਿਰ ਸਪਾਇਨਲ ਕੋਰਡ ਤੋਂ ਹੀ ਐਕਸ਼ਨ ਦਾ ਮੈਸੇਜ ਉਹ ਆ ਜਾਂਦਾ ਲੇਕਿਨ ਹੁਣ ਸਪੋਜ਼ ਕਰੋ ਵੀ ਆ ਸਾਡੀਆਂ ਅੱਖਾਂ ਦੇ ਵਿੱਚ ਇੱਕਦਮ ਤੇਜ਼ ਰੋਸ਼ਨੀ ਪੈ ਗਈ ਆ ਤੇ ਫਿਰ ਅੱਖਾਂ ਤੋਂ ਜਿਹੜੀਆਂ ਸੈਂਸਰੀ ਨਰਵਸ ਨੇ ਉਹਨਾਂ ਨੂੰ ਤੇ ਦਿਮਾਗ ਲੱਗੇ ਪਊਗਾ ਨਾ ਸੋ ਕਈ ਵਾਰੀ ਬਿਨਾ ਦਿਮਾਗ ਦੇ ਅਨਾਲਿਸਿਸ ਦੇ ਜਾਂ ਬਿਨਾ ਸੋਚ ਵਿਚਾਰ ਦੇ ਵੀ ਇੱਥੇ ਵੀ ਐਕਸ਼ਨ ਹੋ ਜਾਊਗਾ ਸਾਡੀਆਂ ਅੱਖਾਂ ਬੰਦ ਹੋ ਜਾਣਗੀਆਂ ਜਾਂ ਪਿਪਿਲਸ ਕਨਸਟ੍ਰਕਟ ਕਰ ਜਾਣਗੇ ਤਾਂ ਕਿ ਤੇਜ਼ ਰੋਸ਼ਨੀ ਤੋਂ ਅੱਖਾਂ ਨੂੰ ਬਚਾਇਆ ਜਾ ਸਕੇ ਸੋ ਜਿਹੜੇ ਇੱਥੇ ਰਿਫਲੈਕਸ ਬ੍ਰੇਨ ਤੋਂ ਹੁੰਦੇ ਨੇ ਉਹਨਾਂ ਨੂੰ ਅਸੀਂ ਸੈਰੇਬਰਲ ਰਿਫਲੈਕਸਿਸ ਵੀ ਕਹਿੰਦੇ ਆ ਲੇਕਿਨ ਜਦੋਂ ਕਿ ਜ਼ਿਆਦਾ ਸਾਡੀ ਬੋਡੀ ਦਾ ਜਿਹੜਾ ਹਿੱਸਾ ਹੁੰਦਾ ਉਹ ਸਪਾਇਨਲ ਨਰਵਸ ਜੜੀਆਂ ਨੇ ਉਹ ਆਪਰੇਟ ਕਰ ਰਹੀਆਂ ਹੁੰਦੀਆਂ ਇਸ ਕਰਕੇ ਜ਼ਿਆਦਾ ਰਿਫਲੈਕਸਿਸ ਜਿਹੜੇ ਨਹੀਂ ਉਹ ਅਸੀਂ ਸਪਾਇਨਲ ਰਿਫਲੈਕਸਿਸ ਹੀ ਦੇਖਦੇ ਆ ਆ ਹੁਣ ਇਹ ਵੀ ਡਾਇਗਰਾਮ ਦੇਖ ਲੈਣੇ ਆ ਇਹ ਕੀ ਆ ਇਹ ਰਿਫਲੈਕਸ ਆਰਕ ਦੀ ਡਾਇਗਰਾਮ ਆ ਯਾਨੀ ਕਿ ਇਹ ਜਿਹੜੀ ਰਿਫਲੈਕਸ ਐਕਸ਼ਨ ਆ ਉਹਨੂੰ ਪੂਰਾ ਕਰਨ ਦੇ ਲਈ ਜਿਹੜਾ ਰੂਟ ਜਿਹੜਾ ਰਸਤਾ ਅਪਣਾਇਆ ਜਾਂਦਾ ਥੈਟ ਇਜ਼ ਨੋਨ ਐਜ਼ ਅ ਰਿਫਲੈਕਸ ਆਰਕ ਜਿੱਦਾਂ ਕਿ ਦੇਖੋ ਆ ਡਾਇਗਰਾਮ ਚ ਕੀ 기ਵਨ ਆ ਵੀ ਆ ਇੱਕ ਗਰਮ ਪਤੀਲਾ ਠੀਕ ਆ ਹੌਟ ਪੈਨ ਸਾਡਾ ਹੱਥ ਇਹਨੂੰ ਲੱਗਾ ਸਾਡੇ ਹੱਥ ਦੇ ਰੀਸੈਪਟਰਸ ਨੇ ਇਹਦੇ ਹਾਈ ਟੈਂਪਰੇਚਰ ਦੇ ਜਾਂ ਹੀਟ ਦੇ ਜਿਹੜੇ ਸਟੀਮੂਲਸ ਨੇ ਉਹਨੂੰ ਪਰਸੀਵ ਕੀਤਾ ਤੇ ਉੱਥੋਂ ਜਿਹੜੀ ਸਾਡੀ ਸੈਂਸਰੀ ਨਰਵ ਆ ਉਹਨੇ ਮੈਸੇਜ ਜਿਹੜਾ ਹੈਗਾ ਨਰਵ ਇੰਪ পালਸ ਦੀ ਫਾਰਮ ਦੇ ਵਿੱਚ ਸਾਡੇ ਸੈਂਟਰ ਨਰਵਸ ਸਿਸਟਮ ਨੂੰ ਭੇਜਤਾ ਠੀਕ ਆ ਆ ਕੀ ਆ ਆ ਸਾਡੀ ਸਪਾਇਨਲ ਕਾਰਡ ਆ ਸਪਾਇਨਲ ਕਾਰਡ ਦੇ ਅੰਦਰ ਕੀ ਆ ਰੀਲੇ ਨਿਊਰੋਨ ਆ ਸੋ ਬੇਸ਼ੱਕ ਮੈਸੇਜ ਬ੍ਰੇਨ ਨੂੰ ਵੀ ਜਾਊਗਾ ਲੇਕਿਨ ਇਮੀਡੀਏਟ ਐਕਸ਼ਨ ਲੈਣ ਲਈ ਉਸੇ ਵੇਲੇ ਐਕਸ਼ਨ ਲੈਣ ਲਈ ਇਥੋਂ ਸਪਾਈਨਲ ਨਰਵ ਤੋਂ ਜਿਹੜਾ ਮੈਸੇਜ ਆਇਆ ਰਿਲੇ ਨਿਊਰੋਨ ਜਿਹੜਾ ਉਹ ਨਾਲ ਹੀ ਮੋਟਰ ਨਿਊਰੋਨ ਨੂੰ ਕਨਵੇ ਕਰ ਦੂਗਾ ਇਹ ਮੋਟਰ ਨਿਊਰੋਨ ਫਿਰ ਅੱਗੋਂ ਇਫੈਕਟਰ ਆਰਗਨ ਯਾਨੀ ਕਿ ਜਿਹੜਾ ਮਸਲਸ ਹੋ ਗਈਆਂ ਜਾਂ ਗਲੈਂਡਸ ਨੇ ਕੋਈ ਵੀ ਆਰਗਨ ਆ ਜਿੱਥੇ ਕੋਈ ਐਕਸ਼ਨ ਹੋਣਾ ਵਾ ਸੋ ਇਹ ਮਸਲਸ ਨੂੰ ਇਹ ਮੈਸੇਜ ਆ ਜਾਊਗਾ ਵੀ ਇਹ ਜਿਹੜੀ ਬਾਵਾ ਜਾਂ ਹੱਥ ਆ ਪਿੱਛੇ ਕਰ ਲਿਆ ਜਾਵੇ ਸੋ ਮਸਲਸ ਕੰਟਰੈਕਟ ਕਰਨਗੀਆਂ ਤੇ ਹੱਥ ਪਿੱਛੇ ਹੋ ਜਾਊਗਾ ਸੋ ਇਸ ਤਰ੍ਹਾਂ ਰੂਟ ਕੀ ਫਾਲੋ ਕੀਤਾ ਗਿਆ ਵੀ ਸਾਡੇ ਰਿਸੈਪਟਰਸ ਤੋਂ ਸੈਂਸਰੀ ਨਿਊਰੋਨ ਸੈਂਸਰੀ ਨਿਊਰੋਨ ਤੋਂ ਆਹ ਜਿਹੜੀ ਸਾਡੀ ਸੈਂਟਰ ਨਰਵਸ ਸਿਸਟਮ ਆ ਸਪਾਇਨਲ ਕੋਰਡ ਹੈ ਉਹਦੇ ਰੀਲੇ ਨਿਊਰੋਨ ਉੱਥੋਂ ਫਿਰ ਮੋਟਰ ਨਿਊਰੋਨ ਉੱਥੋਂ ਫਿਰ ਇਫੈਕਟਰ ਆਰਗਨ ਠੀਕ ਹੈ ਇਹ ਜਿਹੜਾ ਰੂਟ ਆ ਦਿਸ ਇਸ ਨੋਨ ਐਸ ਅ ਰਿਫਲੈਕਸ ਆਰ ਯਾਨੀ ਕਿ ਰਿਫਲੈਕਸ ਐਕਸ਼ਨ ਨੂੰ ਪੂਰਾ ਕਰਨ ਦੇ ਲਈ ਜਿਹੜਾ ਰਸਤਾ ਅਪਣਾਇਆ ਜਾਂਦਾ ਹੈ ਉਹਨੂੰ ਅਸੀਂ ਰਿਫਲੈਕਸ ਆਰਕ ਕਹਿੰਦੇ ਆ ਪੰਜਾਬੀ ਦੇ ਵਿੱਚ ਵੀ ਅਸੀਂ ਦੇਖ ਲੈਣੇ ਆ ਸੋ ਪ੍ਰਤੀਵਰਤੀ ਕਿਰਿਆ ਦੀ ਗੱਲ ਕਰ ਰਹੇ ਆ ਇਹਦੇ ਰਸਤੇ ਦੇ ਲਈ ਜਿਹੜਾ ਰੂਟ ਹੈ ਉਹਨੂੰ ਅਸੀਂ ਪ੍ਰਤੀਵਰਤੀ ਆਰਕ ਕਹਿੰਦੇ ਆ ਯਾਨੀ ਕਿ ਰਿਫਲੈਕਸ ਆਰਕ ਹੁਣ ਇਹਦੇ ਚ ਵੀ ਕੀ ਹੋ ਰਿਹਾ ਵੀ ਇਹ ਜਿਹੜਾ ਹੈਗਾ ਪੈਨ ਯਾਨੀ ਕਿ ਪਤਲਾ ਗਰਮ ਆ ਤੇ ਸਾਡੀ ਜਿਹੜੀ ਸਕਿਨ ਆ ਜਾਂ ਸਾਡੀ ਜਿਹੜੀ ਚਮੜੀ ਆ ਉਹਦੇ ਵਿੱਚ ਜਿਹੜੇ ਰਿਸੈਪਟਰਸ ਨੇ ਜਾਂ ਗ੍ਰਾਹੀ ਜੋ ਲਿਖਿਆ ਇਹਨਾਂ ਨੇ ਰਿਸੈਪਟਰਸ ਨੇ ਕੀ ਸਟੀਮੂਲਸ ਪਰਸੀਵ ਕੀਤਾ ਤਾਪ ਦਾ ਜਾਂ ਦਰਦ ਦਾ ਸਟੀਮੂਲਸ ਪਰਸੀਵ ਕੀਤਾ ਤੇ ਜਿਹੜੇ ਸਾਡੇ ਸੈਂਸਰੀ ਨਿਊਰੋਨ ਨੇ ਯਾਨੀ ਕਿ ਸੰਵੇਦੀ ਨਿਊਰੋਨ ਨੇ ਉਹਨਾਂ ਨੇ ਇਹ ਮੈਸੇਜ ਜਿਹੜਾ ਹੈਗਾ ਸਾਡੇ ਸੈਂਟਰਲ ਨਰਵਸ ਸਿਸਟਮ ਦੇ ਵਿੱਚ ਪਹੁੰਚਾਇਆ ਯਾਨੀ ਕਿ ਸੁਖਮਨਾ ਨਾੜੀ ਤੱਕ ਪਹੁੰਚਾਇਆ ਬਿਸ਼ੱਕ ਦਿਮਾਗ ਨੂੰ ਵੀ ਸਨੇਹਾ ਚਲਾ ਗਿਆ ਲੇਕਿਨ ਇੱਥੇ ਸੁਖਮਨਾ ਨਾੜੀ ਦੇ ਵਿੱਚ ਹੀ ਰਿਲੇ ਨਿਊਰੋਨ ਜਾਂ ਪ੍ਰਸਾਰਨ ਨਿਊਰੋਨ ਹੁੰਦੇ ਨੇ ਜਿਹੜੇ ਕਿ ਦਿਮਾਗ ਤੋਂ ਜਵਾਬ ਆਣ ਦਾ ਇੰਤਜ਼ਾਰ ਕੀਤੇ ਬਿਨਾ ਹੀ ਐਕਸ਼ਨ ਦੇ ਲਈ ਇਹਨੂੰ ਪ੍ਰੇਰਕ ਨਿਊਰੋਨ ਵੱਲ ਨੂੰ ਮੈਸੇਜ ਕਨਵੇ ਕਰ ਦਿੰਦੇ ਆ ਯਾਨੀ ਕਿ ਮੋਟਰ ਨਿਊਰੋਨ ਨੂੰ ਮੈਸੇਜ ਚਲਾ ਜਾਂਦਾ ਸੋ ਪ੍ਰਸਾਰਨ ਨਿਊਰੋਨ ਨੇ ਪ੍ਰੇਰਕ ਨਿਊਰੋਨ ਦੇ ਵਿੱਚ ਇੱਕ ਨਵ ਇੰਪ পালਸ ਜਿਹੜੀ ਆ ਉਹ ਭੇਜ ਦਿੱਤੀ ਇਸ ਪ੍ਰੇਰਕ ਨਿਊਰੋਨ ਨੇ ਜਿਹੜੀ ਵੀ ਕੋਈ ਕਾਰਜ ਕਰਤਾ ਜਾਂ ਬਾਡੀ ਦਾ ਆਰਗਨ ਆ ਜਿੱਦਾਂ ਮਸਲਸ ਨੇ ਉਹਦੇ ਵਿੱਚ ਮੈਸੇਜ ਕਨਵੇ ਕੀਤਾ ਬਾਹਾਂ ਦੀ ਜਿਹੜੀ ਪੇਸ਼ੀ ਆ ਜਾਂ ਬਾਹਾਂ ਦੀ ਜਿਹੜੀ ਮਸਲ ਆ ਉਹ ਕੰਟ੍ਰੈਕਟ ਕਰੇ ਤੇ ਹੱਥ ਪਛਾਂ ਖਿੱਚ ਲਿਆ ਜਾਵੇ ਇਹ ਸਾਰਾ ਰੂਟ ਇਹ ਸਾਰਾ ਰਸਤਾ ਕੀ ਹੈ ਪ੍ਰਤੀਵਰਤੀ ਆਰਕ ਹੈ ਜਾਂ ਰਿਫਲੈਕਸ ਆਰਕ ਹੈ ਤੁਹਾਡੀ ਬੁੱਕ ਚ ਇਹ ਡਾਇਗਰਾਮ ਦਿੱਤੀ ਹੋਈ ਹੈ ਬੇਟਾ ਇਹ ਤੁਸੀਂ ਅੱਛੀ ਤਰ੍ਹਾਂ ਪ੍ਰੈਕਟਿਸ ਕਰ ਲੈਣੀ ਹੈ ਲੇਕਿਨ ਫੇਰ ਵੀ ਜੇ ਤੁਹਾਨੂੰ ਇਹ ਡਾਇਗਰਾਮ ਡਰਾ ਕਰਨੀ ਔਖੀ ਲੱਗਦੀ ਆ ਕੋਈ ਘਬਰਾਣ ਵਾਲੀ ਗੱਲ ਨਹੀਂ ਆਪਾਂ ਫਲੋ ਚਾਰਟ ਦੀ ਫਾਰਮ ਦੇ ਵਿੱਚ ਵੀ ਇਹੋ ਜੇ ਕੁਐਸਚਨ ਦਾ ਜਵਾਬ ਦੇ ਸਕਦੇ ਹਾਂ ਜੇ ਤੁਹਾਨੂੰ ਇਗਜ਼ਾਮ ਵਿੱਚ ਪ੍ਰਤੀਵਰਤੀ ਆਰਕ ਜਾਂ ਰਿਫਲੈਕਸ ਆਰਕ ਦੇ ਬਾਰੇ ਪੁੱਛਿਆ ਗਿਆ ਤੇ ਤੁਸੀਂ ਆਹ ਫਲੋ ਚਾਰਟ ਵੀ ਬਣਾ ਸਕਦੇ ਹੋ ਜ਼ਰੂਰੀ ਨਹੀਂ ਵੀ ਆਪਾਂ ਇੰਨੀ ਔਖੀ ਡਾਇਗਰਾਮ ਹੀ ਬਣਾਉਣੀ ਆ ਜਿੱਦਾਂ ਸਟੀਮੂਲਸ ਆਇਆ ਜੋ ਵੀ ਪਰਵਰਤਨ ਆ ਉਹਨੂੰ ਸਾਡੇ ਰੀਸੈਪਟਰਸ ਨੇ ਸੈਂਸ ਕੀਤਾ ਰੀਸੈਪਟਰਸ ਨੇ ਸੈਂਸਰੀ ਨਿਊਰੋਨ ਦੇ ਥਰੂ ਮੈਸੇਜ ਸੈਂਟਰ ਨਰਵਸ ਸਿਸਟਮ ਨੂੰ ਭੇਜ ਦਿੱਤਾ ਯਾਨੀ ਕਿ ਸੰਵੇਦੀ ਨਾੜੀ ਦੇ ਥਰੂ ਇਹ ਮੈਸੇਜ ਜਿਹੜਾ ਹੈਗਾ ਇਹ ਸਾਡੇ ਸੈਂਟਰ ਨਰਵਸ ਸਿਸਟਮ 'ਚ ਚਲਾ ਗਿਆ ਉੱਥੇ ਕੀ ਪਏ ਹੁੰਦੇ ਰੀਲੇ ਨਿਊਰੋਨ ਉਹਨਾਂ ਨੂੰ ਅਸੀਂ ਕੀ ਕਹਿੰਨੇ ਆ ਪ੍ਰਸਾਰਨ ਨਿਊਰੋਨ ਯਾਨੀ ਕਿ ਪ੍ਰਸਾਰਨ ਨਿਊਰੋਨ ਜਿਹੜੇ ਨੇ ਉਹ ਅੱਗੋਂ ਫਿਰ ਪ੍ਰੇਰਕ ਨਿਊਰੋਨ ਜਾਂ ਮੋਟਰ ਨਿਊਰੋਨ ਦੇ ਵਿੱਚ ਮੈਸੇਜ ਕਨਵੇ ਕਰਦੇ ਆ ਤੇ ਇਹ ਜਿਹੜੇ ਮੋਟਰ ਨਿਊਰੋਨ ਨੇ ਇੱਕ ਕਾਰਜ ਕਰਤਾ ਜਾਂ ਇਫੈਕਟਰ ਆਰਗਨ ਚ ਮੈਸੇਜ ਭੇਜਦੇ ਆ ਤੇ ਉਹਦੇ ਨਾਲ ਸਾਡੀ ਬਾਡੀ ਜਿਹੜੀ ਆ ਉਹ ਰਿਕੁਆਇਰਡ ਐਕਸ਼ਨ ਲੈਂਦੀ ਆ ਜਾਂ ਇਸ ਸਟਿਮੂਲਸ ਦੇ ਲਈ ਬਣਦਾ ਰਿਸਪੌਂਸ ਦਿੰਦੀ ਆ ਸੋ ਇਹਨੂੰ ਅਸੀਂ ਰਿਫਲੈਕਸ ਆਰਕ ਕਹਿੰਨੇ ਆ ਜਾਂ ਪ੍ਰਤੀਵਰਤੀ ਆਰਕ ਕਹਿੰਨੇ ਆ ਦੁਬਾਰਾ ਤੋਂ ਇੱਕ ਵਾਰੀ ਜਰਾ ਕਰ ਰਿਵਾਈਜ਼ ਕਰ ਲੈਨੇ ਆ ਰਿਫਲੈਕਸ ਐਕਸ਼ਨ ਕੀ ਹੁੰਦਾ ਸਾਡੀ ਬਾਡੀ ਦਾ ਸਡਨ ਇਨਵੋਲੰਟਰੀ ਐਕਸ਼ਨ ਕਿਉਂ ਹੁੰਦਾ ਹੈ ਰਿਫਲੈਕਸ ਐਕਸ਼ਨ ਬਾਡੀ ਦੀ ਸੁਰੱਖਿਆ ਦੇ ਲਈ ਕਿਉਂਕਿ ਜ਼ਿੰਦਾ ਰਹਿਣਾ ਸੁਰੱਖਿਅਤ ਰਹਿਣਾ ਇਹ ਸਾਡੀ ਨੰਬਰ 1 ਪ੍ਰਾਇੋਰਟੀ ਹੈ ਇਸ ਲਈ ਰਿਫਲੈਕਸ ਐਕਸ਼ਨ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਕੀ ਕੀ ਐਗਜ਼ਾਮਪਲਸ ਨੇ ਜਿੱਦਾਂ ਕੀ ਸਾਡੇ ਜਿਹੜੇ ਜੋੜ ਨੇ ਜਿੱਦਾਂ ਕਿ ਕੋਹਣੀ ਦਾ ਜੋੜ ਹੈ ਜਾਂ ਜਿਹੜਾ ਸਾਡਾ ਗੋਡਿਆਂ ਦਾ ਜੋੜ ਹੈ ਜੇ ਇਹਨੂੰ ਹਿੱਟ ਕੀਤਾ ਜਾਵੇ ਤਾਂ ਇੱਕਦਮ ਛਟਕੇ ਵਾਲੀਆਂ ਮੂਵਮੈਂਟਸ ਹੁੰਦੀਆਂ ਜਰਕ ਮੂਵਮੈਂਟਸ ਹੁੰਦੀਆਂ ਜਾਂ ਜੇ ਸਾਡੀਆਂ ਅੱਖਾਂ ਵਿੱਚ ਇੱਕਦਮ ਤੇਜ਼ ਰੋਸ਼ਨੀ ਪਵੇ ਤੇ ਪਿਪਿਲਜ਼ਾ ਐਡਜਸਟ ਕਰਨਾ ਜਾਂ ਕਨਸਟ੍ਰਕਟ ਕਰਨਾ ਜਾਂ ਇੱਕਦਮ ਛੇਕ ਆ ਜਾਣੀ ਜੇ ਸਾਡੇ ਨੱਕ 'ਚ ਕੋਈ ਚੀਜ਼ ਚਲੀ ਜਾਵੇ ਤਾਂ ਜਾਂ ਖਾਂਸੀ ਆ ਜਾਣੀ ਜਾਂ ਉਥੂ ਛੇੜ ਜਾਣਾ ਜਾਂ ਗਰਮ ਪਤੀਲੇ ਨੂੰ ਜਾਂ ਗਰਮ ਬਰਤਨ ਨੂੰ ਹੱਥ ਲੱਗਣ ਦੇ ਇਕਦਮ ਬਰਤਨ ਦਾ ਛੁੱਟ ਜਾਣਾ ਇਹ ਸਾਰੀਆਂ ਐਗਜ਼ਾਮਪਲਸ ਨੇ ਰਿਫਲੈਕਸ ਐਕਸ਼ਨਸ ਦੀਆਂ ਜਾਂ ਪ੍ਰਤੀਵਰਤੀ ਕਿਰਿਆਵਾਂ ਦੀਆਂ ਆਈ ਹੋਪ ਕਿ ਇਹ ਤੁਹਾਨੂੰ ਹੁਣ ਅੱਛੀ ਤਰ੍ਹਾਂ ਕਲੀਅਰ ਹੋ ਗਿਆ ਹੋਊਗਾ ਬੇਟਾ ਜੇ ਤੁਹਾਨੂੰ ਇਹ ਵੀਡੀਓ 유ਸਫੁਲ ਲੱਗੀ ਹੈ ਨਾ ਤਾਂ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਿਓ ਸਬਸਕ੍ਰਾਈਬ ਵੀ ਕਰਿਓ ਲਾਈਕ ਵੀ ਕਰਿਓ ਤੇ ਹੁਣ ਅਸੀਂ ਜਿਹੜੀ 3rd ਵੀਡੀਓ ਆ ਇਸ ਚੈਪਟਰ ਦੀ ਉਹਦੇ ਵਿੱਚ ਅਸੀਂ ਹਿਊਮਨ ਬ੍ਰੇਨ ਜਾਂ ਦਿਮਾਗ ਦੇ ਬਾਰੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਇਸ ਵੀਡੀਓ ਲਈ ਇੰਨਾ ਹੀ ਮਿਲਾਂਗੇ ਅਗਲੇ ਵੀਡੀਓ ਚ ਅਗਲੇ ਟੌਪਿਕ ਦੇ ਨਾਲ ਥੈਂਕ ਯੂ ਸੋ ਮੱਚ ਫॉर ਵਾਚਿੰਗ